speaker, sir. Worthy teachers and dear students, good morning to all of you. Morning, ma'am. Students, today's root word of the day is sent. C-E-N-T. Sent. It has been taken from Latin word centum and its meaning is 100. Sent the meaning kya hai? 100. Shabash. And the sentence of the day is, our school will celebrate centenary of its establishment next year. Is the matlab hai ki sada school apni sthapna da shatabdi jo divas hai o agle saal manayega. Aur related words jehde hage hai o first word hai centigram. Centi jehda word hai that is taken from cent. Iska matlab hai 100. Aur gram jehda hai it is a unit of measurement of weight. भार को मापन वाली इकाई को कहते हैं हम ग्राम. इसका मतलब सेंटीग्राम का मतलब क्या होएगा? ग्राम का सौवां हिस्सा. देयर आर 100 ग्राम्स इन अ 100 सेंटीग्राम्स इन अ ग्राम. एक ग्राम में कितने सेंटीग्राम होते हैं? 100. जितना सी कल पढ़ा सी कि एक मीटर के अंदर 100 सेंटीमीटर होते हैं. ਇਸੇ ਤਰ੍ਹਾਂ 1 ਗ੍ਰਾਮ ਦੇ ਵਿੱਚ 100 ਸੈਂਟੀਗ੍ਰਾਮ ਹੁੰਦੇ ਹਨ। ਸੈਕਿੰਡ ਵਰਡ ਹੈ ਸੈਂਟੀਪੀਡ। ਸੈਂਟੀਪੀਡ ਦੋ ਵਰਡਸ ਤੋਂ ਬਣਿਆ ਹੈ, ਸੈਂਟੀ ਔਰ ਪੀਡ। ਸੈਂਟੀ ਦਾ ਮਤਲਬ ਹੋ ਗਿਆ 100 ਔਰ ਪੀਡ ਜਿਹੜਾ ਵਰਡ ਹੈ ਅਸੀਂ ਥੋੜੇ ਜਿਹਾ ਪਹਿਲਾਂ ਹੀ ਵਰਡ ਕੀਤਾ ਸੀ ਪੈਡ। ਪੈਡ ਵਰਡ ਯਾਦ ਹੈ ਤੁਹਾਨੂੰ? ਪੈਡ ਵਰਡ ਕੀਤਾ ਸੀ। ਪੈਡ ਦਾ ਮਤਲਬ ਹੈ ਪੈਰ। ਹੁਣ ਯਾਦ ਆਇਆ ਤੁਹਾਨੂੰ? ਹਾਂਜੀ। ਸੈਂਟੀਪੀਡ ਦਾ ਮਤਲਬ ਹੋ ਗਿਆ ਕਿ 100 ਪੈਰਾਂ ਵਾਲਾ ਜੀ, ਮਤਲਬ ਕੀ ਕਹਿੰਦਾ ਦਾ ਸਮਾਲ ਕ੍ਰੀਚਰ ਜੋ ਕਿ ਵਿਚ ਇਜ਼ ਵੈਰੀ ਥਿਨ ਐਂਡ ਲੌਂਗ ਐਂਡ ਵਿਚ ਹੈਜ਼ 100 ਲੈਗਸ, ਜਿਹਦੀਆਂ 100 ਲੱਤਾਂ ਹੋਣ, ਉਸ ਨੂੰ ਸੈਂਟੀਪੀਡ ਕਹਿੰਦੇ ਹਨ। ਨੋਰਮਲੀ ਜਿਹੜਾ ਸੈਂਟੀਪੀਡ ਹੁੰਦਾ ਹੈ ਉਸਦੀਆਂ ਲੱਤਾਂ ਜਿਹੜੀਆਂ ਹੈ ਉਹ ਪੇਅਰ ਦੇ ਵਿੱਚ ਹੁੰਦੀਆਂ ਹਨ, ਜੋੜੇ ਦੇ ਵਿੱਚ, ਔਰ ਉਹ 15 ਜੋੜੇ ਤੋਂ ਲੈ ਕੇ 191 ਜੋੜੇ ਤੱਕ, ਮਤਲਬ 15 ਪੇਅਰਸ ਤੋਂ ਲੈ ਕੇ 191 ਪੇਅਰਸ ਤੱਕ ਉਹਦੀਆਂ ਲੱਤਾਂ ਹੁੰਦੀਆਂ ਹਨ। ਔਰ ਇਹ ਜਿਹੜਾ ਫੀਚਰ ਹੈ ਇਹਦੀਆਂ ਕਦੇ ਵੀ 100 ਲੱਤਾਂ ਨਹੀਂ ਹੁੰਦੀਆਂ। ਕਿਉਂ? ਕਿਉਂਕਿ ਇਹਦੀਆਂ ਜਿਹੜੀਆਂ ਲੱਤਾਂ ਦੇ ਜੋ ਜੋੜੇ ਹਨ ਉਹ ਹਮੇਸ਼ਾ ਔਡ ਨੰਬਰਸ ਦੇ ਵਿੱਚ ਹੁੰਦੇ ਹਨ। ਕਹਿਣ ਦਾ ਮਤਲਬ ਹੈ ਕਿ 17 ਜੋੜੇ ਹੋ ਸਕਦੇ ਹੈ, 31 ਹੋ ਸਕਦੇ ਹੈ, 47 ਹੋ ਸਕਦੇ ਹੈ, ਕਦੀ ਵੀ 50 ਨਹੀਂ ਹੋਣਗੇ। ਲੇਕਿਨ ਕਿਉਂਕਿ ਇਸਦੀਆਂ ਬਹੁਤ ਜ਼ਿਆਦਾ ਲੱਤਾਂ ਹੁੰਦੀਆਂ ਹਨ, ਮਲਟੀਲੈਕਟ ਕ੍ਰੀਚਰ ਹੈ, ਇਸ ਕਰਕੇ ਇਸ ਨੂੰ ਸੈਂਟੀਪੀਡ ਕਹਿੰਦੇ ਹਨ। ਯੂ ਮੇ ਸੇ ਦੈਟ ਆਰ ਸਾਇੰਸ ਟੀਚਰ ਸ਼ੋਡ ਅਸ ਅ ਸੈਂਟੀਪੀਡ ਇਨ ਆਰ ਲੈਬੋਰਟਰੀ। ਸਾਡੀ ਲੈਬੋਰਟਰੀ ਦੇ ਵਿੱਚ ਸਾਨੂੰ ਸਾਡੇ ਸਾਇੰਸ ਟੀਚਰ ਨੇ ਸੈਂਟੀਪੀਡ ਦਿਖਾਇਆ। ਨੈਕਸਟ ਵਰਡ ਹੈ ਬੇਟਾ ਸੈਂਟੀਨਰੀ। ਸੈਂਟੀਨਰੀ ਵਰਡ ਜਿਹੜਾ ਹੈ ਉਹ ਕਿੱਦਾਂ ਬਣਿਆ ਹੈ? ਸੈਂਟੀ, ਇਟ ਇਜ਼ ਫੋਰਮਡ ਬਾਈ ਸੈਂਟੀ ਮੀਨਸ 100, ਐਨ, ਐਨ ਜਿਹੜਾ ਵਰਡ ਹੈ ਦੈਟ ਇਜ਼ ਯੂਜ਼ਡ ਫੋਰ ਈਅਰ, ਸਾਲ ਵਾਸਤੇ ਯੂਜ਼ ਹੁੰਦਾ ਹੈ, ਔਰ ਅਰੀ, ਏ ਆਰ ਵਾਈ, ਦੈਟ ਇਜ਼ ਅ ਸਫਿਕਸ। ਤਾਂ ਸੈਂਟੀਨਰੀ ਜਿਹੜਾ ਹੈ ਉਹਦਾ ਮਤਲਬ ਹੋਏਗਾ 100th ਐਨੀਵਰਸਰੀ ਆਫ ਐਨ ਈਵੈਂਟ, ਕਿਸੇ ਘਟਨਾ ਦਾ ਜਿਹੜਾ ਹੈ ਉਸਦੀ ਸ਼ਤਾਬਦੀ, ਮਤਲਬ 100 ਸਾਲਾਂ ਮਨਾਉਣਾ ਕਿਸੇ ਦਾ, ਉਹਨੂੰ ਕਹਿੰਦੇ ਆ ਸੈਂਟੀਨਰੀ। ਜਿੱਦਾਂ ਮੈਂ ਪਹਿਲਾਂ ਵਰਡ ਅਸੀਂ ਆਪਾਂ ਵਰਡ ਸੈਂਟੈਂਸ ਬੋਲਿਆ ਸੀ ਕਿ ਆਰ ਸਕੂਲ ਸੈਂਟੀਨਰੀ ਆਫ ਇਟਸ ਐਸਟੈਬਲਿਸ਼ਮੈਂਟ ਨੈਕਸਟ ਈਅਰ, ਕਿ ਅਗਲੇ ਸਾਲ ਸਾਡਾ ਸਕੂਲ ਜਿਹੜਾ ਹੈ ਆਪਣੀ ਸਥਾਪਨਾ ਦਾ 100 ਸਾਲਾਂ ਮਨਾਏਗਾ, ਸ਼ਤਾਬਦੀ ਮਨਾਏਗਾ। ਤਾਂ ਸੈਂਟੀਨਰੀ ਦਾ ਮਤਲਬ ਕੀ ਹੋਏਗਾ? ਸ਼ਤਾਬਦੀ। ਕਿਆ ਮਤਲਬ ਹੈ ਸੈਂਟੀਨਰੀ ਦਾ? ਸ਼ਾਬਾਸ਼। ਔਰ ਨੈਕਸਟ ਵਰਡ ਹੈ ਸੈਂਟੈਨੀਅਲ। ਸੈਂਟੈਨੀਅਲ ਦੇ ਵਿੱਚ ਕੀ ਬੇਟਾ? ਪਹਿਲਾਂ ਹੈ ਸੈਂਟੀ, ਇਸਦਾ ਮਤਲਬ ਹੈ 100, ਫਿਰ ਐਨ ਆਉਂਦਾ ਇਹਦੇ ਵਿੱਚ ਵੀ, ਈ ਡਬਲ ਐਨ, ਐਨ ਦਾ ਮਤਲਬ ਫਿਰ ਹੋ ਗਿਆ ਈਅਰ, ਔਰ ਆਈ ਏ ਐਲ ਇਹਦੇ ਵਿੱਚ ਸਫਿਕਸ ਲੱਗਾ ਹੋਇਆ ਹੈ, ਔਰ ਇਸਦਾ ਵੀ ਸੇਮ ਮੀਨਿੰਗ ਹੈ ਜੋ ਸੈਂਟੀਨਰੀ ਦਾ ਹੈ। ਸੈਂਟੀਨਰੀ ਦਾ ਮੀਨਿੰਗ ਕਿਆ ਹੈ ਹੁਣੇ ਮੈਂ ਦੱਸ ਕੇ ਹਟੀ ਹਾਂ। ਸੈਂਟੀਨਰੀ ਦਾ ਮੀਨਿੰਗ ਕੀ ਹੈ ਬੇਟਾ? ਉੱਚੀ ਬੋਲੋ। ਸ਼ਤਾ
मसाकर, ठीक है, पता लग गया बेटा। ते आज का जो पंजाबी का वर्ड है वो है पगडंडी। पगडंडी दो वर्ड्स तो बनया हुआ है, पग ते डंडी। पग का मतलब होता है पैर, ते डंडी का मतलब होता है ली पाना या रस्ता। पगडंडी का मतलब की हो गया कि पैरा नाल पाई गई ली या पैरा नाल बनाया गया रस्ता। जिस पगडंडी होती है बहुत ही तंग रस्ता होता है, उसके ऊपर एक टाइम पे एक या दो व्यक्ति ही चल सकते हैं। आगे पीछे हो के काफी सारे बंदे लंघ सकते हैं, लेकिन एक मोमेंट पे सिर्फ दो बंदे ही चल सकते हैं। तो इसके ऊपर जितना रॉक हो गया, गड्डी हो गई, ऐसा भी कोई सामान नहीं जा सकता, ऐसा भी कोई व्हीकल नहीं जा सकता। और दूसरी गल है कि ये कोई खास निर्धारित रास्ता नहीं होता। जब लोग अपनी सहूलियत के नाल किसी रास्ते के ऊपर लगातार जाना शुरू कर देते हैं, तो उनके पैरों के नाल एक ली बन जाती है, उसको ही पगडंडी कहा जाता है। अठवीं क्लास के विच एक चैप्टर है छिंज छवाहां दे, पढ़िया तुसीं अठवीं क्लास के विद्यार्थियों को पता होगा, लैसन में पढ़िया तुसीं छिंज छवाहां दे, पंजाबी वर्ड यूज होया है। ਅਸੀਂ ਕੱਲ ਹੀ ਕੀਤਾ ਸੀ, ਅਸੀਂ ਛਿੰਝ ਦਾ ਵਰਡ ਆਪਾਂ ਕੱਲ ਡਿਸਕਸ ਕੀਤਾ ਸੀ। ਛਿੰਝ ਕਿਆ ਸੀ? ਇੱਕ ਮੇਲਾ ਹੁੰਦਾ ਹੈ, ਅਖਾੜਾ ਹੁੰਦਾ ਹੈ। ਔਰ ਛਰਾਹ ਦਾ ਮਤਲਬ ਹੋ ਗਿਆ ਛੇ ਰਾਹਾਂ ਵਾਲਾ। ਜਿਹੜਾ ਅਜਲਪੁਰ ਪਿੰਡ ਹੈ ਜਿਸ ਦੇ ਵਿੱਚ ਇਹ ਛਿੰਝ ਮਨਾਈ ਜਾਂਦੀ ਹੈ, ਉਸ ਦੇ ਪਿੰਡ ਦੇ ਵੱਲ ਅਲੱਗ ਅਲੱਗ ਏਰੀਆ ਤੋਂ ਅਲੱਗ ਅਲੱਗ ਡਾਇਰੈਕਸ਼ਨ ਤੋਂ ਛੇ ਪਗਡੰਡੀਆਂ ਮਿਲਦੀਆਂ ਹਨ। ਮਤਲਬ ਛੇ ਰਸਤੇ ਬਣੇ ਹੋਏ ਹਨ ਜਿਹੜੇ ਕਿ ਅਜਲਪੁਰ ਤੱਕ ਜਾਂਦੇ ਹਨ, ਇਸੇ ਕਰਕੇ ਉਸਦਾ ਨਾਮ ਛਰਾਹ ਪਿਆ। ਤਾਂ ਅੱਜ ਦਾ ਵਰਡ ਪੰਜਾਬੀ ਦਾ ਕੀ ਸੀ? ਪਗਡੰਡੀ।